ਮੈਂ ਕੱਲ ਵੀ ਜਲੰਧਰ ਫਗਵਾੜਾ ਗੇਟ ਹਜ਼ਾਰਾਂ ਦਾ ਸੰਗਤਾਂ ਦਾ ਇਕੱਠ ਸੀ, ਉੱਥੇ ਵੀ ਇਹ ਚੀਜ਼ ਬੋਲੀ ਹੈ ਕੱਲ ਵੀ। ਔਰ ਇਹ ਮੇਰਾ ਇਕੱਲੇ ਬੋਲਣ ਦਾ ਫਰਜ਼ ਨਹੀਂ, ਸਾਡੇ ਜਿੰਨੇ ਵੀ ਇਹ ਪ੍ਰਚਾਰਕ ਨੇ, ਜਿੰਨੇ ਵੀ ਗੁਰੂ ਘਰ ਦੇ ਕੀਰਤਨੀਏ ਨੇ, ਕਥਾ ਵਾਚਕ ਨੇ, ਸਭ ਦਾ ਇਹ ਫਰਜ਼ ਬਣਦਾ ਸਟੇਜ ਤੋਂ ਇਹ ਚੀਜ਼ ਨੂੰ ਬੋਲਣ ਦਾ, ਤਾਂ ਜੋ ਸੰਗਤ ਹੋਰ ਜਾਗਰੂਕ ਹੋਵੇ। ਉਹ ਕਿਹੜੀ ਚੀਜ਼? ਚਾਰ ਪੰਜ ਦਿਨ ਪਹਿਲਾਂ ਤੁਸੀਂ ਟੀਵੀ ਚੈਨਲਾਂ 'ਤੇ ਵੀ ਵੇਖਿਆ, ਅਖਬਾਰਾਂ 'ਚ ਵੀ ਪੜ੍ਹਿਆ, ਇੰਟਰਨੈਟ ਦੇ ਉੱਤੇ ਵੀ, ਹਰ ਮੋਬਾਈਲ ਦੇ ਵਿੱਚ ਇਹ ਖਬਰ ਪਹੁੰਚੀ ਕਿ ਪੰਜ ਸਿੰਘ ਸਾਹਿਬਾਨਾਂ ਨੇ ਜਿਹੜਾ ਝੂਠਾ ਸਾਧ ਹੈ ਉਹਨੂੰ ਮੁਆਫ਼ੀ ਦੇ ਦਿੱਤੀ ਹੈ। ਕਹਿੰਦੇ ਵਾਹਿਗੁਰੂ, ਫਿਰ ਗੱਜ ਕੇ ਬੋਲੋ ਵਾਹ। ਇਹ ਜਦੋਂ ਖਬਰ ਸਭ ਪਾਸੇ ਫੈਲੀ, ਜਿਹੜੇ ਪੰਥ ਦਰਦੀ ਨੇ ਉਹਨਾਂ ਦੇ ਅੰਦਰ ਇੱਕ ਇਹੋ ਜਿਹੀ ਲਹਿਰ ਉੱਠੀ ਕਿ ਇਹ ਕੰਮ ਗਲਤ ਹੈ। ਸਾਰੀ ਕੌਮ ਉਸ ਵੇਲੇ ਅੰਦਰੋਂ ਉਹਨਾਂ ਦੇ ਦਿਲ ਵਲੂੰਦਰੇ ਗਏ ਕਿ ਇਹ ਚੀਜ਼ ਗਲਤ ਹੋਈ। ਅਕਾਲ ਤਖਤ ਸਾਹਿਬ ਦੀ ਅਸੀਂ ਉਲਟ ਨਹੀਂ, ਧਿਆਨ ਨਾਲ ਸੁਣਿਓ ਮੇਰੀ ਬੇਨਤੀ, ਅਕਾਲ ਤਖਤ ਸਾਹਿਬ ਦਾ ਸਤਿਕਾਰ ਅਸੀਂ ਪਹਿਲਾਂ ਵੀ ਕਰਦੇ ਸਾਂ, ਹੁਣ ਵੀ ਕਰਦੇ ਹਾਂ, ਤੇ ਮਰਦੇ ਦਮ ਤੱਕ ਕਰਦੇ ਹੀ ਰਵਾਂਗੇ। ਗੁਰੂ ਘਰ ਵੱਡੇ ਤੋਂ ਵੱਡੇ ਪਾਪੀ ਨੂੰ ਵੀ ਬਖਸ਼ਦਾ। ਸੱਜਣ ਠੱਗ ਵਰਗੇ ਬਖਸ਼ੇ ਗਏ, ਕਿੰਨਿਆਂ ਦੇ ਕਤਲ ਕੀਤੇ ਸੀ ਉਹਨਾਂ ਨੇ, ਹੈਂਜੀ, ਕਿੰਨਿਆਂ ਦੇ ਕਤਲ ਕੀਤੇ ਸੀ ਸੱਜਣ ਠੱਗ ਨੇ, ਕਿੰਨਿਆਂ ਨੂੰ ਲੁੱਟਿਆ ਸੀ ਸੱਜਣ ਠੱਗ ਨੇ। ਕੌਡੇ ਰਾਕਸ਼ ਵਰਗੇ ਬਖਸ਼ੇ ਗਏ, ਭੂਮੀਏ ਚੋਰ ਵਰਗੇ ਬਖਸ਼ੇ ਗਏ ਨਾ। ਗੁਰੂ ਘਰ ਦਾ ਬਿਰਧ ਖੈ ਜੋ ਸ਼ਰਨ ਆਵੇ ਇਸ ਕੰਠ ਲਾਵੇ। ਗੁਰੂ ਘਰ ਦਾ ਬਿਰਧ ਜਿਹੜਾ ਢਹਿ ਕੇ ਆ ਜੇ ਉਹਨੂੰ ਬਖਸ਼ਣਾ, ਪਰ ਜਿਹੜਾ ਢਹਿ ਕੇ ਆਵੇ ਨਾ, ਢਹਿ ਕੇ ਆਉਣ ਦੀ ਐਕਟਿੰਗ ਕਰੇ, ਕਹਦੇ ਵਾਹਿਗੁਰੂ, ਦੱਸੋ ਬਖਸ਼ਿਆ ਜਾਏਗਾ? ਤੁਸੀਂ ਸਿਆਣੇ ਹੋ। ਇਹ ਸਾਥ ਅਕਾਲ ਤਖਤ ਸਾਹਿਬ ਆਪ ਪੇਸ਼ ਨਹੀਂ ਹੋਇਆ, ਹੈ ਜੀ, ਇੱਕ ਚਿੱਠੀ ਆਈ ਹੈ ਨਾ, ਉਸ ਚਿੱਠੀ ਦੇ ਉੱਤੇ ਇਹਦਾ ਕੋਈ ਇਹ ਲੈਟਰ ਪੈਡ ਨਾ ਕੋਈ ਹੋਰ ਚੀਜ਼, ਖਾਲੀ ਉਹ ਚਿੱਠੀ, ਤੇ ਉਹਦੇ ਉੱਤੇ ਨਾ ਕੋਈ ਇਹਨੇ ਮਾਫੀ ਲਿਖੀ ਹੈ ਨਾ ਕੁਝ ਹੋਰ, ਬਸ ਇਹ ਲਿਖਿਆ ਕਿ 2007 ਦੇ ਵਿੱਚ ਜਿਹੜਾ ਸਿੱਖਾਂ ਨੂੰ ਗਲਤ ਫਹਿਮੀ ਹੋਈ ਸੀ, ਕਹਿੰਦੇ ਵਾਹਿਗੁਰੂ, ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਇੱਦਾਂ ਸਵਾਂਗ ਰਚਾਇਆ, ਮੈਂ ਇੱਦਾਂ ਬਾਣਾ ਪਾਇਆ, ਸਿੱਖਾਂ ਨੂੰ ਗਲਤ ਫਹਿਮੀ ਹੋਈ ਸੀ, ਮੈਂ ਗਲਤ ਨਹੀਂ ਸੀ, ਕਹਿਣ ਦਾ ਮਤਲਬ ਤਾਂ ਇਹੋ ਹੀ ਹੋਇਆ ਨਾ, ਸਿੱਖਾਂ ਨੂੰ ਗਲਤ ਫਹਿਮੀ ਹੋਈ ਸੀ, ਮੈਂ ਕਿਸੇ ਵੀ ਪੀਰ ਪੈਗੰਬਰ ਦਾ ਰੂਪ ਇੰਨਾ ਭੇਸ ਧਾਰਨ ਕਰ ਨਹੀਂ ਸਕਦਾ ਸੀ, ਹਰ ਪੀਰ ਪੈਗੰਬਰ ਦਾ ਸਤਿਕਾਰ ਕਰਦੇ ਹਾਂ, ਗੁਰੂ ਪੀਰ ਦਾ ਸਤਿਕਾਰ ਕਰਦੇ ਹਾਂ, ਇਹ ਲਿਖਿਆ। ਸਿੱਖਾਂ ਨੂੰ ਜਿਹੜੀ ਗਲਤ ਫਹਿਮੀ ਹੋਈ ਮੇਰੇ ਕੋਲੋਂ ਹੋਈ ਨਹੀਂ, ਵੇਖੋ ਗਲਤ ਫਹਿਮੀ, ਉਹ ਗਲਤ ਫਹਿਮੀ ਦੇ ਵਿੱਚ ਹੀ ਸਾਡੇ 3 ਸਿੰਘ ਸ਼ਹੀਦ ਹੋ ਗਏ, ਕਹਦੇ ਵਾਹਿਗੁਰੂ, ਨੌਜਵਾਨ ਸਾਡੇ 3 ਸਿੰਘ ਸ਼ਹੀਦ ਹੋ ਗਏ ਗਲਤ ਫਹਿਮੀ ਦੇ ਵਿੱਚ ਹੀ, ਵੇਖੋ ਕਿੱਡਾ ਬੇਵਕੂਫ ਬਣਾ ਰਿਹਾ, ਹੈਂਜੀ। ਤੇ ਕਹਿੰਦਾ ਕਿ ਮੈਂ ਗੁਰੂ ਪੀਰ ਪੈਗੰਬਰਾਂ ਦਾ ਸਤਿਕਾਰ ਕਰਦਾ, ਇਹੋ ਜਿਹੀ ਚੀਜ਼ ਮੇਰੇ ਕੋਲੋਂ ਨਹੀਂ ਹੋਈ, ਇਹ ਸਭ ਚੀਜ਼ਾਂ ਲਿਖਣ ਤੋਂ ਬਾਅਦ ਬਸ ਇੰਨਾ ਕੁ ਲਿਖ ਦਿੱਤਾ, ਖਿਮਾ ਦਾ ਜਾਚਕ ਤੇ ਆਪਣੇ ਥੱਲੇ ਸਾਈਨ ਕੀਤੇ, ਆਪ ਨਹੀਂ ਆਇਆ, ਕੋਈ ਉਹਦਾ ਲੈਟਰ ਹੈੱਡ ਨਹੀਂ, ਕੋਈ ਹੋਰ ਚੀਜ਼ ਨਹੀਂ, ਆਪ ਆਉਂਦਾ ਅਕਾਲ ਤਖਤ ਸਾਹਿਬ ਤੇ ਸਰੰਡਰ ਆਪਣੇ ਆਪ ਨੂੰ ਕਰਦਾ, ਨਿਮਾਣਾ ਬਣ ਕੇ ਝੁੱਕ ਕੇ ਆਉਂਦਾ, ਤੇ ਪਿਆਰਿਓ ਫਿਰ ਸਾਰੀ ਕੌਮ ਬਖਸ਼ ਦਿੰਦੀ, ਕਹਿੰਦੇ ਵਾਹਿਗੁਰੂ। ਪਰ ਇਹ ਤੇ ਇੱਕ ਵਿਖਾਵਾ ਜਿਹਾ ਕੀਤਾ ਗਿਆ, ਔਰ ਕੀਤਾ ਵੀ, ਇਹ ਜਥੇਦਾਰ ਸਾਹਿਬ ਜਿੰਨੇ ਵੀ ਸਾਡੇ ਨੇ ਸਾਡੇ ਲਈ ਸਤਿਕਾਰਯੋਗ ਨੇ, ਪਰ ਪਿਆਰਿਓ ਇਹ ਅਕਾਲ ਤਖਤ ਸਾਹਿਬ ਦਾ ਸਲੀਅਤ ਦੇ ਵਿੱਚ ਹੁਕਮ ਨਹੀਂ ਆਇਆ, ਇਹ ਤੇ ਹੁਕਮ ਜਾਰੀ ਹੋਇਆ ਜਾਂ ਚੰਡੀਗੜ੍ਹ ਤੋਂ ਜਾਂ ਦਿੱਲੀ ਤੋਂ, ਕਹਿੰਦੇ ਵਾਹਿਗੁਰੂ, ਉਹਨਾਂ ਨੇ ਤੇ ਪੜ੍ਹ ਕੇ ਸੁਣਾਇਆ, ਪੜ੍ਹ ਕੇ ਸੁਣਾਇਆ। ਤੇ ਜਿੰਨੇ ਵੀ ਪੰਥ ਦਰਦੀ, ਅੱਜ ਦੀਆਂ ਅਖਬਾਰਾਂ ਪੜ੍ਹ ਲਓ, ਕੱਲ੍ਹ ਦੀ ਅਖਬਾਰ ਤੁਸੀਂ ਪੜ੍ਹੀ ਹੋਏਗੀ, ਆ ਜਿੰਨੇ ਸ਼ਹੀਦ ਹੋਏ ਨੇ ਉਹ ਪਰਿਵਾਰ ਫਿਰ ਕਹਿ ਰਹੇ ਨੇ ਨਾ, ਫਿਰ ਸਾਡੇ ਬੱਚਿਆਂ ਦੀ ਸ਼ਹੀਦੀ ਕਿਸ ਲੇਖੇ ਲਾਈ ਜਥੇਦਾਰਾਂ ਨੇ, ਹੈਨੀ, ਕਿਸ ਲੇਖੇ ਲੱਗੀ। ਇਹ ਮੈਂ ਇੱਕੋ ਇੱਕ ਬੇਨਤੀ ਕਰਦਾ, ਸਾਰੀ ਕੌਮ ਜਾਗਰੂਕ ਹੋਵੋ,
ਸਾਰੇ ਇੱਕੋ ਪਲੇਟਫਾਰਮ ਤੇ ਇਕੱਠੇ ਹੋਵੋ। ਹਾਂ, ਆਪਣੀ ਭੁੱਲ ਬਖਸ਼ਾਉਣ ਉਦਾਂ ਆਵੇ, ਫਿਰ ਕੌਮ ਕੋਈ ਫੈਸਲਾ ਕਰੇ, ਉਹ ਗੱਲ ਵੱਖਰੀ ਹੈ। ਹੈਂਜੀ, ਪਰ ਜੇ ਆਇਆ ਹੀ ਨਹੀਂ, ਆਉਣ ਦਾ ਕੇਵਲ ਡਰਾਮਾ, ਉਹ ਡਰਾਮਾ ਵੀ ਤਾਂ ਕਰਕੇ ਕੀਤਾ ਕਿ ਪਹਿਲੇ ਫਿਲਮ ਰਿਲੀਜ਼ ਹੋਈ, ਸਿੱਖਾਂ ਨੇ ਵਿਰੋਧਤਾ ਕੀਤੀ, ਪੰਜਾਬ 'ਚ ਲੱਗਣ ਨਹੀਂ ਦਿੱਤੀ। ਹੈਂਜੀ, ਕਿਉਂ? ਕਿਉਂਕਿ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਸੀ ਕਿ ਇਹਦੇ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਸੰਬੰਧ ਨਹੀਂ ਰੱਖਣਾ। ਹੈਂਜੀ, ਹੁਣ ਪਰ ਜਦੋਂ ਅਕਾਲ ਤਖ਼ਤ ਸਾਹਿਬ ਵੱਲੋਂ ਬਖਸ਼ਿਆ ਗਿਆ, ਜਦੋਂ ਇਹਨਾਂ ਨੇ ਵੇਖਿਆ ਕਿ ਦੂਜੀ ਫਿਲਮ ਵੀ ਰਿਲੀਜ਼ ਹੋਣ ਤੋਂ ਇਹ ਰੋਕ ਪਾ ਰਹੇ ਨੇ, ਮੈਂ ਫਿਰੋਜ਼ਪੁਰ ਜਾ ਰਿਹਾ ਸਾਂ ਕੀਰਤਨ ਕਰਨ, 10 ਕੁ ਦਿਨ ਪਹਿਲੇ ਦੀ ਗੱਲ, ਇਹਨਾਂ ਦੇ ਸਾਰੇ ਬੰਦਿਆਂ ਨੇ ਫਿਰੋਜ਼ਪੁਰ ਛਾਉਣੀ ਦੇ ਰਸਤੇ ਹੀ ਬੰਦ ਕੀਤੇ ਹੋਏ ਸੀ, ਸਾਨੂੰ ਰਸਤਾ ਬਦਲ ਕੇ ਜਾਣਾ ਪਿਆ। ਅੱਗੇ ਛਾਂਗੇ ਵਾਲੇ ਪਿੰਡ ਸਮਾਗਮ ਸੀ ਉੱਥੇ, ਅਤੇ ਉਹ ਰਸਤਾ ਚੇਂਜ ਕਰਕੇ ਸਾਨੂੰ ਕਾਫ਼ੀ ਪਿੰਡਾਂ ਦੇ ਵਿੱਚੋਂ ਹੁੰਦੇ ਹੋਏ ਫਿਰ ਜਾਣਾ ਪਿਆ। ਕਿੰਨੀ ਖੱਜਲ ਖਰਾਬੀ ਸਾਡੀ ਨਹੀਂ, ਕਈਆਂ ਦੀ ਹੋਈ, ਕਈਆਂ ਦੀ। ਇਹ ਕਿਤੇ ਕਿਤੇ ਇਹਨਾਂ ਨੇ ਟ੍ਰੇਨਾਂ ਰੋਕੀਆਂ, ਕਿਤੇ ਸੜਕਾਂ ਰੋਕੀਆਂ, ਕਿਤੇ ਪ੍ਰਦਰਸ਼ਨ ਕੀਤੇ, ਅਤੇ ਚੇਤਾਵਨੀ ਦਿੱਤੀ ਕਿਹਨੂੰ? ਸਰਕਾਰ ਨੂੰ, ਕਿ ਜੇ ਤੁਸੀਂ ਇਹ ਫਿਲਮ ਨਾ ਲੱਗਣ ਦਿੱਤੀ ਤਾਂ ਅਸੀਂ ਇਸ ਤੋਂ ਵੱਧ ਕੇ ਹੋਰ ਪ੍ਰਦਰਸ਼ਨ ਕਰਾਂਗੇ। ਪਿਆਰਿਓ, ਜੇ ਜਦੋਂ ਸਿੱਖਾਂ ਦੀ ਕੋਈ ਫਿਲਮ ਲੱਗਦੀ ਹੈ, 84 ਦੇ ਬਾਰੇ ਜਿਹਦੇ ਵਿੱਚ ਦਿਖਾਇਆ ਜਾਂਦਾ ਜਾਂ ਹੋਰ ਸਿੱਖਾਂ ਦੀਆਂ ਭਾਵਨਾਵਾਂ ਬਾਰੇ ਦੱਸਿਆ ਜਾਂਦਾ, ਉਦੋਂ ਸਾਡੀਆਂ ਸਰਕਾਰਾਂ ਉਹ ਫਿਲਮਾਂ ਨੂੰ ਬੈਨ ਕਰ ਦਿੰਦੀਆਂ, ਕਹਿੰਦੇ ਵਾਹਿਗੁਰੂ ਬਸ ਵੋਟਾਂ ਦੀ ਖਾਤਰ ਇਹ ਚੀਜ਼ ਬਣੀ ਹੈ, ਇਹ ਚੀਜ਼ ਤੋਂ ਤੁਸੀਂ ਸਾਰੇ ਜਾਗਰੂਕ ਹੋਵੋ, ਇਹ ਸਾਰੀ ਸੰਗਤ ਇੱਕੋ ਇੱਕ ਪਲੇਟਫਾਰਮ 'ਤੇ ਇਕੱਠੇ ਹੋਵੋ, ਕਿਉਂਕਿ ਇਹ ਫੈਸਲਾ ਅਕਾਲ ਤਖ਼ਤ ਸਾਹਿਬ ਦਾ ਨਹੀਂ, ਇਹ ਗਿਣੀ ਮਿੱਥੀ ਸਾਜਿਸ਼ ਹੈ ਸਾਨੂੰ ਨੀਵਾਂ ਵਿਖਾਉਣ ਦੀ, ਬਸ ਇਸ ਕਰਕੇ ਕਿ ਵੋਟ ਬੈਂਕ ਜਿਹੜਾ ਉਹ ਸਾਡਾ ਭਰਦਾ ਰਹੇ। ਕਹਿੰਦੇ ਵਾਹਿਗੁਰੂ, ਇਹ ਜਿਹੜੇ ਨੇ ਇਹਨਾਂ ਨੇ ਵੋਟਾਂ ਦੀ ਖਾਤਰ, ਮੈਂ ਹੁਣ ਕੀ ਲਫ਼ਜ਼ ਵਰਤਾਂ, ਵੋਟਾਂ ਦੀ ਖਾਤਰ, ਆਪਣੇ ਵੋਟ ਬੈਂਕ ਭਰਨ ਦੀ ਖਾਤਰ ਗੁਰਦੁਆਰਿਆਂ ਨੂੰ ਵੀ ਯੂਜ਼ ਕੀਤਾ, ਬਾਣੀ ਨੂੰ ਵੀ ਯੂਜ਼ ਕੀਤਾ, ਹੈਂਜੀ, ਗੁਰੂ ਘਰ ਦੀ ਮਾਇਆ ਨੂੰ ਵੀ ਯੂਜ਼ ਕੀਤਾ, ਅਤੇ ਹੁਣ ਸੰਗਤ ਨੂੰ ਵੀ ਵਰਤ ਰਹੇ ਨੇ। ਕਹਿੰਦੇ ਵਾਹਿਗੁਰੂ, ਇੱਕੋ ਇੱਕ ਮੇਰੀ ਬੇਨਤੀ, ਸਾਰੇ ਜਾਗਰੂਕ ਹੋਈਏ, ਇਹ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਭਾਈ, ਜੇ ਉਹ ਆਵੇ, ਆਪ ਆਪਣੇ ਆਪ ਨੂੰ ਸਰੈਂਡਰ ਕਰੇ, ਅਕਾਲ ਤਖ਼ਤ ਸਾਹਿਬ ਅੱਗੇ ਆ ਕੇ ਝੁਕੇ, ਅਤੇ ਅਸੀਂ ਸਾਰੇ ਸਾਥ ਦੇਣ ਨੂੰ ਤਿਆਰ ਹਾਂ। ਪਰ ਮੈਂ ਸੱਚ ਕਹਿੰਦਾ, ਮੈਂ ਕੱਲ੍ਹ ਇਹ ਲਫ਼ਜ਼ ਵਰਤੇ ਸੀ, ਲਫ਼ਜ਼ ਵਰਤੇ ਸੀ ਫਗਵਾੜਾ ਗੇਟ, ਹੁਣ ਵੀ ਮੈਂ ਲਫ਼ਜ਼ ਉੱਧਰ ਆ ਰਿਹਾ, ਮੇਰੇ ਸਿਰ ਦੇ ਉੱਤੇ ਕੋਈ ਬੰਦੂਕ ਰੱਖ ਕੇ ਵੀ ਕਹੇਗਾ ਨਾ, ਇਹ ਹੁਕਮਨਾਮਾ ਮੰਨ ਲੈ, ਮੈਂ ਨਹੀਂ ਇਸ ਚੀਜ਼ ਨੂੰ ਮੰਨਾਂਗਾ। ਕਹਿੰਦੇ ਵਾਹਿਗੁਰੂ, ਤੁਹਾਡੀ ਮਰਜ਼ੀ ਹੈ, ਤੁਸੀਂ ਇਸ ਚੀਜ਼ ਨੂੰ ਮੰਨੋ ਜਾਂ ਨਾ ਮੰਨੋ, ਪਰ ਮੈਂ ਆਪਣੇ ਦਿਲ ਦਾ ਵਲਵਲਾ ਤੁਹਾਡੇ ਨਾਲ ਸਾਂਝਾ ਕੀਤਾ। ਇਹ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ, ਬਈ ਪੰਥ ਦਰਦੀਓ ਜਾਗੋ, ਇਹ ਜਿਹੜੀਆਂ ਚੀਜ਼ਾਂ ਸਾਡੇ ਪੰਥ ਵਿੱਚ ਹੋ ਰਹੀਆਂ ਨੇ, ਇਹ ਚੀਜ਼ਾਂ ਦਾ ਤਾਂ ਹੀ ਕੰਟਰੋਲ ਹੋਏਗਾ ਜੇ ਅਸੀਂ ਸਾਰੇ ਇੱਕ ਮਿੱਕ ਹੋਵਾਂਗੇ।